हेलो जी अस्सलाम वालेकुम क्या हाल है उम्मीद है आप सब ठीक होंगे अल्हम्दुलिल्लाह से जी मैं भी बिल्कुल ठीक हूँ वेलकम है आपका न्यू व्लॉग में तो जी सुबह सुबह जो है संडे का दिन था और माशाल्लाह से संडे वाले दिन जी लाइबा को छुट्टी होती है मैं तो बड़े फोन शोन खड़का लैबा आ जाओ सोमवार छुट्टी कर ली क्योंकि सोमवार परमट हूं तो माशाल्लाह लाइबा मैडम ने क्या मेरी मामा नहीं मान रहे तो मैं नहीं मान रहे तो फिर घर रहो मौज करो मस्ती करो संडे वे खाओ पियो तो फिर आप अभी मांझा फाड़ लेने तो सुबह आ जाए जी तो हैर से जी मैंने पकड़ लिया हुआ था झाड़ू और सारे कमरों में से मैंने सफाई कर ली हुई थी और बस जी अब ये वाला बरांदा बरांदा ही रह गया था तो माशाला फिर जिदन कोई दिसे ना काम के आप करना है तो यकीन करो दो तो इंतहा सुस्ती भी चढ़ दी ਹਾਈ ਹਾਈ ਫਿਰ ਤੇ ਮੈਂ ਕਹਿੰਨੀ ਪੁੱਛੋ ਹੀ ਨਾ ਨਾ ਫਿਰ ਤੇ ਦਿਮਾਗ ਉਸ ਪਾਸੇ ਹੀ ਚੱਲ ਰਿਹਾ ਹੁੰਦਾ 24 ਘੰਟੇ ਕਿ ਹੁਣ ਨਾਸ਼ਤਾ ਬਣਾ ਲੈ ਨਾਸ਼ਤੇਆਂ ਤੋਂ ਬਾਅਦ ਸਫਾਈ ਕਰਨੀ ਹੈ ਸਫਾਈ ਤੋਂ ਬਾਅਦ ਫਿਰ ਪਾਂਡੇ ਵੀ ਥੋਣੇ ਨੇ ਫਿਰ ਇਹ ਜਿਹੜੀ ਸਾਰੀ ਦਿਹਾੜੀ ਦੀ ਰੁਟੀਨ ਹੈ ਨਾ ਇਹ ਇੰਜੇ ਦਿਮਾਗ ਵਿੱਚ ਘੁੰਮ ਰਹੀ ਹੁੰਦੀ ਹੈ ਕਦੀ ਕੋਈ ਕੰਮ ਤੇ ਕਦੀ ਕੋਈ ਕੰਮ ਤੇ ਹੈਨ ਨਾਲ ਜੀ ਮੇਰੇ ਨਾਲ ਵੀ ਇਹੀ ਮਸਲਾ ਸੀ ਮੇਰੇ ਵੀ ਦਿਮਾਗ ਜਦੋਂ ਮੈਂ ਨਾਸ਼ਤਾ ਬਣਾ ਰਹੀ ਸਾਂ ਉਹਦੇ ਘੁੰਮ ਰਿਹਾ ਸੀ ਕਿ ਅੱਜ ਮੈਂ ਸਫਾਈ ਵੀ ਹਲੇ ਆਪ ਕਰਨੀ ਹੈ ਤਹਰ ਜੀ ਫਿਰ ਮੇਰੇ ਵਿੱਚ ਹੱਡ ਰਮੀ ਆਈ ਤੇ ਮੈਂ ਫਿਰ ਲਾਇਬਾ ਨੂੰ ਕੀਤਾ ਫੋਨ ਮੈਂ ਕਿਹਾ ਲਾਇਬਾ ਅਮਨੇ ਹੀ ਕਿ ਨਹੀਂ ਆਉਣਾ ਤੇ ਉਹਨੇ ਜਵਾਬ ਦਿੱਤਾ ਤੇ ਫਿਰ ਮੇਰੇ ਉਹ ਜਿਹੜੀ ਹੱਡ ਹਰਾਮੀ ਨੂੰ ਇੰਤਹਾ ਤੋਂ ਜ਼ਿਆਦਾ ਟੁੱਟ ਗਈ ਤੇ ਮੈਂ ਜੀ ਫਿਰ ਆਪ ਹੀ ਉੱਠ ਕੇ ਮੰਜਾ ਫੜ ਲਿਆ ਮੈਂ ਕਿਹਾ ਚਲੋ ਅੱਜ ਕਰਨਾ ਹੈ ਕੱਲ ਕਰਨਾ ਹੈ ਕਰਨਾ ਤੇ ਹੈ ਵੇਣਾ ਚਲੋ ਉੱਠ ਕੇ ਕਰ ਹੀ ਲਈਏ ਤਾਂ ਹਰ ਜੀ یہاں ਮੌਸਮ ਵੀ ਕਾਫੀ ਬਹੁਤ ਜ਼ਿਆਦਾ ਪਿਆਰਾ ਬਨਾ ਹੋਇਆ ਥਾ ਔਰ ਸਾਹ ਸਾਥ ਥੋੜੀ ਥੋੜੀ ਬਾਰੀਕ ਬਾਰੀਕ ਜਿੰਨੂੰ ਕਹਿ ਲੋ ਫੂਰ ਫੂਰ ਬਾਰਿਸ਼ ਹੋ ਰਹੀ ਸੀ और यहाँ पर जी बच्चे जो थे वो भी मेरे साथ थे कुछ चीजें संभाल रहे थे और कुछ खिला रहे थे ये दोनों काम थे जी तो हैर से जी मोहम्मद अली जो था उसने देख ली हुई थी ये वाली मेरी सब्जी और मैं कह रहा था मामा देखे इतनी प्यारी थी मैं कह पुत्र ये पीली हो गई है इन्हें मज़ीद और की पी लिया उन्हें ਤੋਂ ਹਰ ਜੀ ਮੈਨੇ ਉਹ ਫਲੀਆਂ ਉਤਾਰੀ ਤੇ ਮੈਂ ਜਾ ਕੇ ਕਿਚਨ ਇਚ ਰੱਖੀ ਤੇ ਥੋੜੇ ਦੇਰ ਬਾਅਦ ਵੇਖਿਆ ਤੇ ਉਥੇ ਫਲੀਆਂ ਦਾ ਸਫਾਇਆ ਹੋ ਗਿਆ ਆਸੀ ਯਾਨੀ ਕਿ ਮੇਰੇ ਬਾਲਾ ਨੇ ਆਪ ਹੀ ਚੁੱਕ ਚੁੱਕ ਕੇ ਖਾਛੜ ਗਏ ਸੰਨ ਉਹ ਕਿਸੇ ਜੋਗੀ ਉਹਨੇ ਛੱਡੇ ਨਹੀਂ ਸੰਨ ਕਿਸੇ ਕਿਸੇ ਹੰਡੀ ਇਚ ਪਾ ਲਈਏ ਮੇਰੇ ਤੇ ਹਵਾਬਾਂ ਤੇ ਐਸਾ ਰੱਖ ਕੇ ਪਾਣੀ ਫੇਰਿਆ ਨ ਮੈਂ ਤਾਂ ਕਿਹਾ ਸੀ ਮੈਂ ਪੂਰੀ ਦੇਰ ਪਕਾ ਕੇ ਆਲੂ ਲੋਬੀਏ ਦੀ ਤੇ ਆਪਣੇ ہمسਾਇਆ ਦੇ ਨਾਲ ਰਲ ਕੇ ਖਾਣੇ ਬਰਹਾਲ ਜੀ ਮੇਰੇ ਬਾਲਾ ਨੇ ਉਹਦੇ ਮੇਰੇ ਉਸ ਹਵਾਬ ਦੇ ਉੱਤੇ ਪਾਣੀ ਫੇਰ ਛੜਿਆ ਸੀ ਤਹਰਸ ਜੀ ਸਫਾਈ ਵਗੈਰਾ ਹੋ ਗਈ ਤੇ ਮੈਂ ਕਿਹਾ ਹੁਣ ਬਿਹੜੇ ਚ ਨਹੀਂ ਫਿਰਦੀ ਮੇਰੇ ਕੋਲ ਨਿਹੜ ਬਹੁਤ ਹੁੰਦੇ ਰੋਜ਼ ਦੀ ਵਾਹਤ ਹੀ ਬੰਦਾ ਪਿਆ ਕਰੇ ਤੇ ਤਹਰਸ ਜੀ ਮੈਨੇ ਜੋ ਸਹਿਨ تھا ਉਸਕੋ ਅਵਾਈਡ ਕਰਦੀ ਆ ਮੈਂ ਕਿਹਾ ਇਹ ਸਲੇ ਆ ਕੇ ਲੈਬਾ ਹੀ ਭੇਰੇ ਦੀ ਮੇਰੇ ਕੋਲ ਮਜ਼ੀਦ ਔਰ ਕੰਮ ਨਹੀਂ ਹੁੰਦੇ ਯਾਨੀ ਕਿ ਸਵੇਰ ਦੇ ਵੇਲੇ ਥੋੜੇ ਦਿਨ ਪਹਿਲਾਂ ਨਾਸ਼ਤਾ ਕਰਾਇਆ ਫਿਰ ਸਫਾਈਆਂ ਕੀਤੀਆਂ ਤੇ ਫਿਰ ਮੈਂ ਪਾਂਡੇ ਦੋਤੇ ਇਹ ਥੋੜੇ ਕੰਮ ਹੁੰਦੇ ਨੇ ਮੈਂ ਕਹਿੰਨੀ ਆ ਥੱਕਣ ਲਈ ਐ ਵੀ ਬੇਬਾ ਹੁੰਦੇ ਨੇ ਪਹਿਲਾਂ ਫਿਰ ਮਨੋ ਤਾਂ ਨਾਲ ਨਾਲ ਆ ਕੰਮ ਸਾਰੇ ਪਹਾੜ ਲੱਗ ਰਹਿੰਦਨ ਕਿ ਮੈਂ ਪਹਾੜ ਸਾਰੀ ਦੇੜੀ ਤਰੋੜਦਾ ਕਿਵੇਂ ਮੈਂ ਐਨੀ ਸਮਝਉਂਦੀ ਤੇ ਹੈ ਸੇ ਜੀ ਅੱਲਾਹ ਅੱਲਾਹ ਕਰਕੇ ਸਾਰੀ ਸਫਾਈ ਹੋ ਗਈ ਥੀ ਔਰ ਸਫਾਈ ਹੋਣੇ ਕੇ ਸਾਥ ਸਾਥ ਜੀ ਪੁਫਫ ਲੋ ਘਰ पे ਨਹੀਂ ਥੀ ਕਿਉਂਕਿ ਪੁਫਫ ਲੋ ਗਈ ਹੋਈ ਥੀ ਸਾਥ ہمسਾਇਓ ਕੇ ਗੈਰ ਹਤਮ ਥਾ ਔਰ ਵਹਾਂ ਪੇ ਗਈ ਥੀ ਤੇ ਮੈਂ ਕਿਉਂ ਨਾ ਦੇਉਂ ਤੋ ਪਹਿਲਾ ਪਹਿਲਾ ਮੈਂ ਚੁਟਕੀਆਂ ਮਾਰ ਕੇ ਕੰਮ ਪੂਰਾ ਕਰ ਲੈਣਾਂ ਕਿਉਂਕਿ ਉਹ ਨਾ ਹਨ ਆ ਕੇ ਕਿ ਤੂੰ ਹਲੇ ਤੱਕ ਕੀ ਕੀਤਾ ਤੂੰ ਤੂੰ ਤਾਂ ਬੈਠੀ ਹੈ ਤੇ ਮੈਂ ਫਿਰ ਗਨਾਨ ਵਾਲੀ ਹੋਵਾਂ ਤੇ ਮੈਂ ਇਹ ਵੀ ਕੰਮ ਕੀਤਾ ਮੈਂ ਵੀ ਕੰਮ ਕੀਤਾ ਤੇ ਮੈਂ ਵੀ ਕੀਤਾ ਤੇ ਮਾਸ਼ਾਅੱਲਾ ਫਿਰ ਉਹ ਇਨਾ ਚੱਕਰਾਂ ਇਚ ਬਾਰਿਸ਼ ਹੋ ਜਾਗੀ ਤੇ ਬਾਰਸ਼ ਦੀ ਵੀ ਮੈਨੂੰ ਕੋਈ ਸਮਝ ਹੀ ਨਹੀਂ ਸਾਰੀ ਕਦੀ ਮੱਠੀ ਤੇ ਕਦੀ ਤੇਜ਼ ਕਦੀ ਮੱਠੀ ਕਦੀ ਤੇਜ਼ ਐ ਅੱਖ ਮਚੋਲੀ ਦਾ ਖੇਲ ਆਇਆ ਹੋਇਆ ਸੀ ਤੇ ਫਿਰ ਮਾਸ਼ਾਅੱਲਾ ਜੀ ਵਹਿੰਦਿਆਂ ਵਹਿੰਦਿਆਂ ਫਿਰ ਐਸੀ ਬਾਰਸ਼ ਘੁੰਮੀ ਹਾਏ ਹੇ ਮੈਂ ਕਹਿੰਦੀ ਹਾਂ ਕੁਮਾ ਕੇ ਰੱਖ ਦਿੱਤਾ ਸਾਨੂੰ ਇਹ ਬਾਰਸ਼ ਨੇ ਕਿ ਹਾਏ ਹੋਇਆ ਕੀ ਬਾਰਸ਼ ਨਾਲ ਮਨ ਤੇ ਇਹ ਨਹੀਂ ਪਤਾ ਲੱਗਾ ਬਣੀ ਕੀ ਯਾਨੀ ਕਿ ਇਤਨੀ ਆਂਦੀ ਕੇ ਸਾਥ ਬਾਰਿਸ਼ ਥੀ ਗੋਲ ਹਵਾ ਥੀ ਹਰ ਤਰਫ ਸੇ ਯਾਨੀ ਕਿ ਚਾਰੋ ਤਰਫ ਸੇ ਔਰ ਜਿਨੂ ਕਹ ਲਓ ਵਾ ਫੇਰ ਫੇਰ ਕੇ ਆ ਰਹੀ ਸੀ ਤੇ ਬਾਰਿਸ਼ ਦਾ ਵੀ ਰੁਕ ਪਤਾ ਹੀ ਨਹੀਂ ਸੀ ਲੱਗ ਰਿਆ ਤੇ ਮਾਸ਼ਾਅੱਲਾ ਫਿਰ ਜਿਹੜੇ ਨੇਰੀਆਂ ਦੇ ਨਾਲ ਲੋਕਾਂ ਦੇ ਟਾਪੇ ਡਿੱਗੇ ਲੋਕਾਂ ਦੇ ਘਰੋਂ ਛਾਵਾਂ ਡਿਗਨ ਦੀ ਬਾਤ ਆ ਰਹੀ ਸ਼ੁਕਰ ਅੱਲਾ ਦਾ ਮੈਂ ਚਲਤੇ ਤੰਦੂਰੀ ਵੇਲੇ ਨਾ ਕੱਜ ਲਈ ਹੋਈ ਸੀ ਤਹਰ ਬਾਰਿਸ਼ ਤੁਸੀਂ ਦੇਖ ਸਕਦੇ ਹੋ ਕਿ ਵਾਦਰ ਉਹ ਪਤਾ ਹੀ ਨਹੀਂ ਕਿ ਕਿਤਨ ਨੂੰ ਹੈ ਤੇ ਕਿਤਨ ਨੂੰ ਨਹੀਂ ਤੇ ਮੇਰੀ ਤਾਂ ਬਾਰ ਬਾਰ ਜੀ ਉਹ ਮੇਰੇ ਗਵੰਡੀਆਂ ਦੇ ਚੰਡੇ ਤੇ ਧਿਆਨ ਜਾ ਰਿਹਾ ਸੀ ਕਿ ਇਹ ਇਹਨਾਂ ਦਾ ਵਿਚਾਰਿਆਂ ਦਾ ਡੰਡਾ ਟੁੱਟ ਨਾ ਜਾਏ ਤੇ ਜੀ ਵਹਿੰਦੇ ਆ ਵਹਿੰਦੇ ਆ ਫਿਰ ਟੁੱਟਿਆ ਵੀ ਹੈ ਯਾਨੀ ਕਿ ਥੱਲੇ ਡਿੱਗ ਪਿਆ ਤੇ ਹੁਣ ਵਿਚਾਰਿਆਂ ਉਤਲੇ ਲਾ ਕੇ ਮਮਟੀ ਤੋਂ ਥੱਲੇ ਲਾ ਲਿਆ ਹੈ ਤਾਂ ਹੈ ਯਹਾਂ ਪਰ ਜੀ ਬਾਰਿਸ਼ ਜੋ ਥੀ ਉਹ ਕਾਫੀ ਤੇਜ਼ ਹੋ ਚੁੱਕੀ ਥੀ ਔਰ ਸਮਝ ਨਹੀਂ ਆ ਰਹੀ ਥੀ ਕਿ ਇਹਦਾ ਰੋਖ ਕਿਹੜਾ ਸਾਡੀ ਸਿਰਫ ਉਹ ਇੱਕ ਅਦਤ ਪਲੇਟ ਡਿੱਗੀ ਸੀ ਸ਼ੈਲਵ ਦੇ ਤੋਂ ਹੋਰ ਤਾਂ ਕੋਈ ਸਿਰ ਗਿਆ ਬਰਨਾਲ ਇਹਨਾਂ ਦੀਆਂ ਖਿੜਕੀਆਂ ਵੀ ਭੱਜ ਰੀਆਂ ਸਨ ਇਹਨਾਂ ਦੇ ਉੱਤੇ ਟਾਪੇ ਵੀ ਭੱਜ ਰਹੇ ਸਨ ਇਹਨਾਂ ਨੂੰ ਸਮਝ ਨਹੀਂ ਹੋ ਰਹੀ ਹਮਦੀ ਕਿ ਬਾਰਿਸ਼ ਆ ਗਈ ਐ ਸਾਂ ਸ਼ਾਵਾਂ ਵੀ ਸਾਂਭਣੀਆਂ ਨੇ ਮੈਂ ਕਿਹਾ ਅਸੀਂ ਨਾ ਨਾ ਸਾਂਭੀਏ ਤੇ ਸਾਨੂੰ ਤਾਂ ਘਰੋਂ ਲਿੱਤਰੋ ਲਿੱਤਰ ਹੀ ਘਾਰ ਆਲੇ ਹੋ ਜਾਂਦੇ ਨੇ ਕਿ ਤੂੰ ਸਾਂ ਸ਼ਾਵਾਂ ਸਾਂਭੀਆਂ ਕਿਉਂ ਨਹੀਂ ਤੁਹਾਨੂੰ ਨਹੀਂ ਪਤਾ ਰੋਜ਼ ਦੇੜੀ ਬੰਦੀਆਂ ਨੇ ਹਾਏ ਫੇਰ ਤੇ ਮੇਰੀ ਪੁੱਪੋ ਜਾਨ ਹਾਏ ਹਾਏ ਹੈ ਸਜੀ ਮੁਝੇ ਸਭ ਤੋਂ ਜ਼ਿਆਦਾ ਟੈਨਸ਼ਨ ਆਪਣੀ ਚੁੱਲ੍ਹ ਕੀ ਪੜੀ ਹੁੰਦੀ ਐ ਅਵੇਹ ਲੋ ਡੰਡਾ ਟੁੱਟ ਗਿਆ ਨਾ ਤਾਂ ਬੰਦਾ ਜੇ ਪਹਿਲਾਂ ਹੀ ਸਾਂਭ ਲੇ ਤਾਂ ਫਿਰ ਕਾਹਦੀ ਲੋੜ ਹੁੰਦੀ ਐ ਟੁੱਟਣ ਦੀ ਯਾਨੀ ਕਿ ਤੁਸੀਂ ਇਤਿਆਹਾਤ ਕਰਿਆ ਕਰੋ ਲੋਹੇ ਦਾ ਡੰਡਾ ਲਾਇਆ ਕਰੋ ਮੈਂ ਬਾਤ ਕਰ ਰਹੀ ਸੀ ਆਪਣੀ ਚੁੱਲ੍ਹ ਕੀ ਜੋ ਕਿ ہمارے گھر میں 1 ਅਦਦ ਨਹੀਂ 2 ਅਦਦ ਹੈ ਬਰਹਾਲ ਸਾਨੂੰ ਮਨੂੰ ਜ਼ਿਆਦਾ ਟੈਨਸ਼ਨ ਐ ਇਸ ਚੁੱਲ੍ਹ ਦੀ ਹੁੰਦੀ ਹੈ ਕਿ ਹੁਣ ਦਾ ਬੜਾ ਜਿੰਨਾ ਜਿੰਨਾ 19 ਮੇਰੀ ਚੁੱਲ ਸੇਵ ਰਹਿਣੀ ਰਹਿਣੀ ਹੈ ਤੇ ਜਿਹੜੀ ਫਿਰ ਥਲਿਓ ਮਿੱਟੀ ਖੁਰਨੀ ਹੈ ਹਾਏ ਉਹਦੇ ਨਾਲ ਫਿਰ ਚੁੱਲ ਦਾ ਨਾਸ ਵੱਜ ਜਾਣਾ ਤੇ ਫਿਰ ਮਨੂੰ ਨਵੇਂ ਸਿਰੂਪ ਮਿੱਟੀ ਜੜ ਕੇ ਮਲਨੀ ਪੈਣੀ ਹੈ ਤੇ ਪੁੱਪੋਂ ਦੇਣੀ ਪੈਣੀ ਹੈ ਕਿ ਪਪਾ ਹੁਣ ਇਹਨੂੰ ਲੈ ਦੇ ਲੋ ਹਾਏ ਟੈਨਸ਼ਨ ਆ ਮੁੱਕਦੀ ਹੀ ਨਹੀਂ ਤੇ ਆ ਨਾਲ ਵੈਂਦਿਆ ਵੈਂਦਿਆ ਮੇਰੀ ਆਟੋ ਮਸ਼ੀਨ ਪੇਜ ਗਈ ਸੀ ਤੇ ਮੈਂ ਕਿਹਾ ਜਦੋਂ ਪੇਜ ਬੀਵੀਆਂ ਨਹਰੇ ਵਹਾਂਦੀਆਂ ਨੇ ਮੇਰੀ ਫਿਰ ਆਟੋ ਮਸ਼ੀਨ ਵੀ ਵਹਾਂਦੀ ਹੈ ਯਾਨੀ ਕਿ ਬਾਰ ਬਾਰ ਮੈਨੂੰ ਐਰਰ ਦਿੰਦੀ ਹੈ ਤੇ ਫਿਰ ਮੈਨੂੰ ਬਾਰ ਬਾਰ ਇਹ ਜਦੋਂ ਵੀ بارش ਆਵੇ ਮੈਨੂੰ ਕੱਜ ਨਹੀਂ ਪੈਂਦੀ ਹੈ ਮਜਬੂਰੀ ਦੇ ਤਹਿਤ ਕੱਜ ਨਹੀਂ ਪੈਂਦੀ ਯਾਨੀ ਕਿ ਇਸ ਸਾਈਡ ਪੇ بارش ਹੋਤੀ ਹੈ ਔਰ بارش ਜੈਸੇ ਹੀ ਆਤੀ ਹੈ ਬਰੀਕ ਬਰੀਕ ਸੀ ਫੂਰ ਆਤੀ ਹੈ ਔਰ ਇਸ ਮਸ਼ੀਨ ਕੇ ਉਪਰ ਗਿਰਤੀ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਇਹਦੇ ਬਟਨ ਹੈ ਕਿੱਥੇ ਨੇ ਜਿਹੜਾ ਇਹਦੇ ਤੇ ਪੈ ਜਾਂਦਾ ਪਾਣੀ ਤੇ ਇਹ 에ਰਰ ਦੇਣਾ ਸ਼ੁਰੂ ਕਰ ਜਾਂਦੀ ਹੈ ਯਾਨੀ ਕਿ ਬਟਨ ਤੇ ਇੰਜ ਦੇ ਹੈ ਹੀ ਨਹੀਂ ਜਿਨ੍ਹਾਂ ਦੇ ਵਿਥੂ-ਕੁੱਥੂ ਪਾਣੀ ਵੜ ਜਾਣਾ ਹੁੰਦਾ ਹੈ ਇਹ ਕਿ ਹਾਏ ਹਾਏ ਚਲੋ ਛੱਡੋ ਲੰਮਾ ਸਾਮ ਮੈਂ ਤੇ ਹਰ ਘਰ ਕੇ ਹਰ ਘਰਾਨੇ ਕੇ ਮਸਲੇ ਮਸਾਇਲ ਹੈ ਕਿ ਜਬ ਬਾਰਿਸ਼ ਆਤੀ ਹੈ ਤਾਂ ਇਨ ਛੋਟੇ-ਛੋਟੇ ਪ੍ਰੋਬਲਮਸ ਦਾ ਆਪਕੋ ਸੋਲੂਸ਼ਨ ਜੋ ਹੈ ਉਹ ਡੋਂਟ ਨਾ ਹੀ ਪੜਤਾ ਹੈ ਯਾਨੀ ਕਿ ਉਹਦਾ ਕੁਛ ਨਾ ਕੁਛ ਕਰਨਾ ਹੀ ਪੈਂਦਾ ਹੈ ਤੇ ਮਾਸ਼ਾਅੱਲਾ ਫਿਰ ਮੇਰੀ ਧਿਆਨ ਗਈ ਆਪਣੇ ਇਹ ਚੰਦ ਦਾ ਤਰੋੜਿਆਂ ਤੇ ਜਿਹੜੇ ਕਿ ਮੇਰੀ ਹਿੰਮਤ ਨਹੀਂ ਸੀ ਪੈ ਰਹੀ ਕਿ ਮੈਂ بارش ਹੀ ਜਾ ਕੇ ਨਾ ਚੁੱਕ ਲਾਂ ਯਾਨੀ ਕਿ ਮੈਨੂੰ ਨਾਲ ਨਾਲ ਐ ਵੀ ਡਰ ਲੱਗ ਰਿਹਾ ਸੀ ਕਿ ਮੈਂ ਗਈ ਅਗਰ ਤਰੋੜੇ ਚੁੱਕਣ ਤੇ بارش ਵਿੱਚ ਮੈਂ ਭੇਜ ਜਾਂਦੀ ਤੇ ਭੇਜ ਕੇ ਮੈਂ ਖੁਰ ਜਾਂਦੀ ਤੇ ਇਸੇ ਤੋਂ ਮੈਂ ਰਿਸਕ ਹੀ ਨਹੀਂ ਲਿਆ ਮੈਂ ਕਿਹਾ ਫਾਤਿਮਾ ਜਾ ਮੇਰੀ ਧੀ ਉਹ ਦੋਵੇਂ ਤਰੋੜੇ ਚੁੱਕ ਕੇ ਪਿੱਛੇ ਗਲੀਏ ਤਾਰਿਆ ਇਨਸ਼ਾਅੱਲਾ ਇਹਨਾਂ ਦੀ ਜਲਦੀ ਜਲਦੀ ਮੈਂ ਸਫਾਇਆ ਕਰਕੇ ਧੋ ਧਾ ਕੇ ਨਾ ਸੰਭ ਲੈਣੇ है तो है और कमा तो भी बड़ा डरती है तो है से जी बारिश बाहर जो थी वो होके हो रहे रुक गई है के हो रही है बहरहाल जी पुफो के आ गए कपड़े सिलाई होके जो के थोड़े दिन पहले पुपो ने लिए हैं अपने उम्र के अहराम की जगह ਤੋ ਹੈਰ ਸਹਿ ਜੀ ਮੈਨੂੰ ਔਰ ਤੇ ਔਰ ਗੱਲਾਂ ਮੈਨੂੰ ਇਹ ਕਦਾ ਗਲਾ ਬੜਾ ਸੋਹਣਾ ਲੱਗਾ ਸੀ ਤੇ ਦੂਜੀਆਂ ਦੀ ਲੈਸ ਬੜੀ ਸੋਹਣੀ ਲੱਗੀ ਸੀ ਯਾਨੀ ਕਿ ਬਹੁਤ ਇੱਕ ਨਫੀਜ਼ ਸੀ ਡੀਸ ਐਂਡ ਸਰ ਲੈਸ ਕਾ ਜੀ ਉਹ ਡਿਜ਼ਾਈਨ ਥਾ ਤੋ ਮੈਨੂੰ ਬਹੁਤ ਅੱਛਾ ਲੱਗਾ ਥਾ ਔਰ ਸਾਥ ਸਾਥ ਸਹਿਰ ਕੋ ਵੀ ਗਲੇ ਕਾ ਡਿਜ਼ਾਈਨ ਅੱਛਾ ਲਗਾ ਤੇ ਮਾਸ਼ਾਅੱਲਾ ਪੂਫੋ ਜਣ ਕੇ ਐਸ ਗਲੇ ਚ ਕੀ ਮੈਂ ਬਡੇਰੀਆਂ ਤੇ ਮੈਨੂੰ ਐ ਗਲੇ ਸੂਟ ਕਰਦੇ ਐਸੇ ਹੀ ਨੇ ਦਰਜੀ ਨੇ ਐ ਰਾਹ ਜਾਂਦਾ ਹੀ ਇਹਦਾ ਡਿਜ਼ਾਈਨ ਹੈ ਇਹਦਾ ਬਣਾ ਛੜਿਆ ਤੇ ਮੈਂ ਕਿਹਾ ਉਹਨੂੰ ਆਹਨਾ ਸਾ ਸਾਦਾ ਸਾਦਾ ਬਣਾ ਛੜਦਾ ਨਾ ਤੁਹਾਨੂੰ ਡਾ ਵਹਤ ਕਰਨੇ ਪੈਂਦੇ ਹੈਨ ਸਾਜ਼ਾਤ ਆਈ ਹੋਈ ਥੀ ਹਾਲਾਂਕਿ ਕਾਲ ਔਰ ਵੋ ਸੁਣੀ ਔਰ ਸੁਣਨੇ ਕੇ ਬਾਦ ਮਾਸ਼ਾਅੱਲਾ ਜੀ ਮੇਰਾ ਇਕਦਮ ਧਿਆਨ ਪੇ ਆ ਕੇ ਮਾਸ਼ਾਅੱਲਾ ਹਾਜੀ ਸਾਹਿਬ ਗੱਡੀ ਕੱਢ ਰਹੇ ਨੇ ਯਾਨੀ ਕਿ ਹਾਜੀ ਸਾਹਿਬ ਅੱਜ ਮਾਸ਼ਾਅੱਲਾ ਸਾਰੀ ਫੈਮਿਲੀ ਨੂੰ ਲੈਣ ਜਾ ਰਹੇ ਨੇ ਯਾਨੀ ਕਿ ਹਫਤਾ ਪੂਰਾ बिसमा और साइमा की छुट्टियां भी पूरी और वो आज ही फाइनली घर आ रही हैं और घर आने से पहले पहले मैं घर चलो थोमगंडा छिलो तो हुन आंडी भी पकाने है ए भी नाल टेंशन सी तो हर्स जी हस्बैंड जो थे दूध देने आए थे तो उन्होंने साथ-साथ लाए थे अमरूद जो के वो मैंने और फजर ने खाए और यहां पर जी साइमा लोग आ चुकी थी बिसमा और साइमा लोग तो माशाल्लाह साडे घर दी रौनक भी वापस आ गई यानी कि लड़ाइयां पड़ाइयां सारा कुछ बाल बच्चा सारा साडा आ गया तो हैर से जो हमने काली तोरी लेके आई थी वो आज हमारा पकाने का टाइम है तो माशाल्लाह फिर एक बाल आया दूजा आया तीसरा आया तो फिर वारो वारी सारे मिल दे गए हैर से जैसे ही आपके घर की रौनक जाती है अगर कहीं बच्चे जाते हैं तो रौनक भी साथ ही लेके जाते हैं और जैसे ही आते हैं रौनक भी साथ ही लेके आते हैं तो माशाल्लाह हाइका जो थी वो सोई हुई थी ਉਸ ਦਾ ਮੂਡ ਖਰਾਬ ਥਾ ਤੇ ਐ ਸੜਕਾਰ ਦੀ ਜ਼ੈਲਦਾਰ ਦੀ ਮਾਸ਼ਾਅੱਲਾ ਇਹ ਸੁੱਤੇ ਵੀ ਐਕਟਿਵ ਤੇ ਨਾ ਸੁੱਤੇ ਵੀ ਐਕਟਿਵ ਤੇ ਫਿਰ ਮਾਸ਼ਾਅੱਲਾ ਜਿਹੜੀ ਫਿਰ ਇਹਨਾਂ ਦੋਹਾਂ ਸਲੂਕ ਸੀ ਹਲੇ ਤੱਕ ਆਉਂਦੇ ਐ ਇੱਕ ਦੂਜੇ ਨੂੰ ਇੰਜ ਮਿਲਿਆ ਪਤਾ ਨਹੀਂ ਕਿਦੋਂ ਦੀਆਂ ਵਿਛੜੀਆਂ ਸੇਲੀਆਂ ਸਨ ਖੈਰ ਨਾਲ ਜੀ ਇਹਨਾਂ ਦਾ ਪਤਾ ਵੀ ਨਹੀਂ ਲੱਗਦਾ ਇਹ ਕਿਦੋਂ ਮਾਸ਼ਾਅੱਲਾ ਲੜ ਪੈਣ ਤੋਂ ਹੈ ਅੱਲਾ ਅੱਲਾ ਕਰਤੇ ਜੀ ਇਹ ਘਰ ਲੋਗ ਆ ਗਏ ਹੋਵੇ ਤੇ ਔਰ ਮਾਸ਼ਾਅੱਲਾ ਅੱਜ ਹਮਾਰੇ ਘਰ ਕੀ ਰੌਣਕ ਜੀ ਆ ਗਈ ਥੀ ਵਾਪਸ ਔਰ ਯਹਾਂ ਪਰ ਜੀ ਬਿਸਮਾ ਵੀ ਆ ਗਈ ਥੀ نیچے ਦੁੱਧ ਪੜਾ ਹੋਆ ਥਾ ਉਹ ਵੀ ਲਾਈ ਔਰ ਸਾਥ ਸਾਥ ਮੇ ਜੀ ਮਠਿਆਈ ਵੀ ਲੈ ਕੇ ਆਈ ਕਿਆ ਤਾਂ ਕਿ ਮੈਂ ਆਪਣੇ ਪੇਕੇ ਗਈ ਸਾਂ ਤੇ ਅੱਜ ਮੈਂ ਪੇਕਿਓਂ ਵਾਪਸ ਆਈ ਆ ਯਾਨੀ ਕਿ ਪੰਜ ਹੀ ਕਰਕੇ ਲੈ ਕੇ ਆਈ ਸੀ ਤੋ ਹਰ ਸੇ ਸਭ ਕੋ ਯਹਾਂ ਪਰ ਦੀ ਔਰ ਬੱਚੋ ਕੋ ਵੀ ਦੀ ਖੁਦ ਵੀ ਖਾਈ ਔਰ ਖਾਣੇ ਕੇ ਬਾਅਦ ਜੀ ਮਨਤ ਕੋਈ ਛੱਡੀ ਪਸੰਦ ਨਹੀਂ ਸੀ ਆਈ ਯਾਨੀ ਕਿ ਨਮਕੀਨ ਜ਼ਿਆਦਾ ਸੀ ਮੈਂ ਕਿ ਇਹਦੇ ਚ ਮਿੱਠਾ ਹੁੰਦਾ ਲੂਣਾ ਕਿਥੋਂ ਪੈ ਗਿਆ ਯਾਨੀ ਕਿ ਇਹ ਬਣਾਉਣ ਵਾਲੇ ਹਲਵਾਈ ਨੇ ਕੋਈ ਕਾਚਾ ਮਾਜਾ ਮਾਰਿਆ ਯਾਨੀ ਕਿ ਮੇਰੇ ਹਾਲੇ ਭੁੱਲ ਗਿਆ ਹੋਣਾ ਚੀਨੀ ਦੀ ਜਗ੍ਹਾ ਨੇ ਨਮਕ ਪਾਛੜਿਆ ਬਦਾਮ ਸ਼ਦਾਮ ਲਾਗੇ ਇੰਜੋ ਨ ਸਜਾਈ ਹੋ ਇਸ ਨੂੰ ਪਤਾ ਨਹੀਂ ਕਿੱਡੀ ਕੋ ਮਜ਼ੇ ਦੀ ਐ ਤੇ ਬਰਹਾਲ ਸਾਨੂੰ ਕੋਈ ਮਜ਼ੇ ਦੀ ਲੱਗੀ ਹਲੇ ਤੱਕ ਸਾਡੇ ਫ੍ਰਿਜ ਜਪਈਏ ਤੇ ਜੇ ਉਹਦੀ ਮਜ਼ੇ ਦੀ ਤੇ ਫਿਰ ਉਹਦਨ ਸ਼ਾਮ ਨੂੰ ਮੁੱਕ ਜਾਣੀ ਸੀ ਸਾਡੇ ਕਾਰ ਮਸ਼ਾਅੱਲਾ ਜਿਹੜੀ ਚੀਜ਼ ਅੱਲਾਹ ਨੂੰ ਮਜ਼ੇ ਦੇ ਪੱਕ ਜੇ ਨਾ ਉਹ ਸ਼ਾਮੋ ਸ਼ਾਮ ਹੀ ਮੁੱਕ ਜਾਂਦੀ ਹੈ ਕੋਈ ਬਚਨ ਦਾ ਨਾ ਹੁੰਦਾ ਹੀ ਨਹੀਂ ਤੋ ਹੈਰ ਸੇ ਯਹਾਂ ਪਰ ਜੀ ਹਮ ਸਭ ਨੇ ਖਾਈ ਤੇ ਮਾਸ਼ਾਅੱਲਾ ਫਿਰ ਇੱਥੇ ਵੇਖੋ ਇਹਨਾਂ ਦੀਆਂ ਜੱਫੀਆਂ ਤੇ ਲਾਡੀਆਂ ਤੇ ਜਿਦਨ ਇਹਨਾਂ ਕੋਲ ਨੇ ਇੰਜ ਹੁਣੇ ਇਹਨਾਂ ਵਾਲਾਂ ਦੇ ਸਿਰਾਂ ਨੂੰ ਨੇ ਯਾਨੀ ਕਿ ਕੋਈ ਸ਼ੈ ਇਹਨਾਂ ਕੋਲ ਬਰਦਾਸ਼ਤ ਹੁਣੀ ਨਹੀਂ ਇੱਕ ਦੂਜੇ ਦੀ ਵੀ ਥੋੜੀ ਥੋੜੀ ਤੇ ਮੈਂ ਕਿਹਾ ਅੱਲਾ ਨਜ਼ਰ ਨਾ ਲਾਏ ਨੀ ਤੇ ਤੁਹਾਡਾ ਅੱਲਾ ਇੰਜ ਹੀ ਪਿਆਰ ਰੱਖੇ ਤੋ ਹੈਰ ਸੇ ਜੀ ਸ਼ਾਮ ਕੋ ਫਿਰ ਖਾਣਾ ਸ਼ਾਣਾ ਖਾਇਆ ਸਭ ਮਿਲ ਕੇ ਬੈਠੇ ਔਰ ਇਹ ਹੈ ਜੀ ਸੂਬੋ ਕਾ ਟਾਈਮ ਔਰ ਮੇਰੇ ਹਸਬੈਂਡ ਅੱਜ ਕਾਫੀ ਦਿਨੋਂ ਸੇ ਕਹਿ ਰਹੇ ਸਕੇ ਮੈਨੂੰ ਆਲੂ ਵਾਲਾ ਪਰਾਠਾ ਪਕਾ ਦੇਓ ਤੁਸੀਂ ਕਿਉਂ ਨਹੀਂ ਪਕਾ ਕੇ ਦੇ ਤੋ ਹਰ ਸਜ ਜੀ ਆਜ ਆਲੂ ਵਾਲੇ ਪਰਾਠੇ ਬਣ ਰਹੇ ਹਨ ਔਰ ਸਾ ਸਾ ਜੀ ਚਾਹੇ ਥੀ ਮੈਨੇ ਉਪਰ ਰਖਦੀ ਹਿਈ ਥੀ ਔਰ ਮਾਸ਼ਾ ਅੱਲਾਹ ਹਸਬੈਂਡ ਕੋ ਦੇਨੇ ਕੇ ਬਾਦ ਬੱਚੋ ਕੋ ਖਿਲਾਨੇ ਕੇ ਬਾਦ ਬੱਚੋ ਕੋ ਸਕੂਲ ਭੇਜਨੇ ਕੇ ਬਾਦ ਆਉਣ ਮੇਰੀ ਵਾਰੀ ਸੀ ਤੇ ਤੁਹਾਡੀ ਭੈਣਾ ਵੇਖ ਲਓ ਇਹ ਕੋਈ ਬਾਤੀ ਚੋਪੜੀ ਰੋਟੀ ਹੈ ਵੇ ਨਾ ਤੁਸੀਂ ਮੈਨੂੰ ਆਪ ਦਸੋ ਤੁਸੀਂ ਇਨਸਾਫ ਕਰ ਰਹੇ ਹੋ ਇਹ ਬਾਤੀ ਚੋਪੜੀ ਰੋਟੀ ਨਹੀਂ ਨਾ ਹੈ ਤੇ ਫਿਰ ਯਕੀਨ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਆਪਣੇ ਘਰ ਦੇ ਸਾਰੇ ਜੀ ਮੇਰੇ ਪਿੱਛੇ ਹੱਥ ਤੋਕ ਕਿ ਕਿਉਂ ਪੈ ਗਏ ਨੇ ਕਿ ਤੂੰ ਮੋਟੀ ਹੋ ਗਈਆਂ ਚੋਪੜੀਆਂ ਰੋਟੀਆਂ ਛੱਡ ਦੇ ਆ ਬਈ ਬਾਤੀ ਚੋਪੜੀ ਬਰਹਲ ਜੀ ਯਹਾਂ ਪਰ ਜੋ ਹੈ ਉਹ ਦੋਨੋਂ ਮਾਸ਼ਾਅੱਲਾ ਦੂਰੂ ਦੂਰੂ ਖਲੋ ਕੇ ਚੁੰਝਾ ਲੜਾ ਰਹੀਆਂ ਸਨ ਉਹ ਉਹਨੂੰ ਕਹਿ ਰਹੀ ਸੀ ਤੇ ਉਹ ਉਹਨੂੰ ਕਹਿ ਰਹੀ ਸੀ ਮੈਂ ਕਿ ਤੁਹਾਡੇ ਇਹ ਲੜਾਈ ਝਗੜੇ ਹਾਇ ਹੈ ਮੈਂ ਤਾਂ ਬੜੇ ਮਿਸ ਕੀਤੇ ਨੇ ਬਰਹਲ ਯਹਾਂ ਪਰ ਜੀ ਜ਼ਾਰਾ ਜੋ ਥੀ ਉਹ ਘਰ ਆ ਚੁੱਕੀ ਥੀ ਤੇ ਜ਼ਾਰਾ ਨੂੰ ਐਸੀਆਂ ਕਿ ਚੀਚੀਆਂ ਸੈਰੀ ਤੇ ਚੜ ਗਈਆਂ ਸਨ ਕਿ ਉਹਦਾ ਹਾਥ ਹੀ ਖਾ ਜਾ ਯਾਨੀ ਕਿ ਅੱ비 ਦਾੰਦ ਉਹ ਨਿਕਾਲ ਰਹੀ ਹੈ ਔਰ ਮਾਸ਼ਾਅੱਲਾ ਫਿਰ ਜਿਹੜਾ ਉਹਨੂੰ ਥੋੜਾ ਕੋ ਤੰਗ ਕਰੇ ਉਹ ਫਿਰ ਉਹਦਾ ਦਿਲ ਕਰਦਾ ਇਹ ਸਾਰਾ ਹੱਥ ਮੇਰੇ ਮੂੰਹ ਆ ਜਾਵੇ ਤਾਂ ਮੈਂ ਇਹਨੂੰ ਚੱਕਿਆ ਵੜ ਵੜ ਕੋਈ ਹਾਲ ਨਾ ਛੱਡਾਂ ਤਾਂ ਫਿਰ ਬਾਲ ਇੰਜੇ ਕਰਦੇ ਨੇ ਅਸੀਂ ਆਪਣੇ ਆਪ ਤੋਂ ਵੀ ਤੰਗ ਆਈ ਯਾਨੀ ਕਿ ਅਸੀਂ ਬਾਲਾਂ ਨੂੰ ਤੰਗ ਕਰਨ ਤੋਂ ਮਜਬੂਰ ਆ ਪਰ ਜਿਹ ਸਹਿਰ ਜੋ تھی ਉਹ ਜ਼ਾਰਾ ਨੂੰ ਤੰਗ ਕਰ ਰਹੀ ਸੀ ਤੇ ਨਾਲ-ਨਾਲ ਖਿਲਾ ਵੀ ਰਹੀ ਸੀ ਤੇ ਮੈਗਾ ਜ਼ਾਰਾ ਹਾਂ ਹੈ ਤੇਰੀਆਂ ਕੁਚੀਚੀਆਂ ਮਾਸ਼ਾਅੱਲਾ ਫੜਸੋ ਆਪਾਂ ਦਾ ਹੱਥ ਫੜ ਕੇ ਡਾੜੀ ਵੱਡੀ ਚੱਕੀ ਵੱਡ ਅਗਲੀ ਵਾਰੀ ਨਹੀਂ ਤਨ ਸਤਾਨ ਲਗੇ ਤੇ ਜ਼ਾਰਾ ਵੀ ਲੋ ਮੇਰੀਆਂ ਗੱਲਾਂ ਤਸਦੀਏ ਹੈ ਆ ਨਿੱਕੀ ਸਾਰੀ ਕੁੜੀ ਵੀ ਤਾਈ ਦੀਆਂ ਗੱਲਾਂ ਸੀਰੀਅਸ ਨਹੀਂ ਲੈਂਦੀ ਨਾ ਦੱਸੋ ਮੇਰੇ ਕੋਈ ਇੱਜ਼ਤ ਹੈ ਇਸੇ ਯਹਾਂ ਪਰ ਅੱਜ ਵੀ ਜ਼ਾਰਾ ਕੇ ਜੋ ਕੁਚੀਚੀਆਂ ਹੈ ਉਹ ਬਰਪੂਰ ਆਪਣੇ ਰੂਜ 'ਤੇ ਹੈ ਯਾਨੀ ਕਿ ਸਹਿਰ ਉਸਕੋ ਬਰਪੂਰ ਤੰਗ ਕਰੀਏ ਤਾਂ ਮਾਸ਼ਾਅੱਲਾ ਜ਼ਾਰਾ ਜਿਹੜੀ ਹੈ ਉਹ ਇੰਤਹਾਈ ਭੜੇ ਵਾਲੀ ਕੋਸ਼ਿਸ਼ ਕਰਦੇ ਆ ਉਹ ਦਾ हथ जी अपने पाक चक्की वर्डन दी इंतहाई नकाम जारा ने की, तो की गर्मी रौनकी होती है जो कि बच्चों को कभी कभी सताने का भी दिल करता है और कभी कभी उनके साथ प्यार करने का भी दिल करता है तो माशा अल्लाह करके जी मेरी ड्यूटी बदल गई हुई सी मैं चलो बिस्मा जाओ अपनी ड्यूटी जरा वो पांडे ਤੋ ਐਸੇ ਯਹਾਂ ਪਰ ਬਿਸਮਾ ਜੋਤੀ ਉਹ ਬਰਤਨ ਧੋ ਰਹੀ ਔਰ ਸਾਹ ਸਾਦ ਮਾਸ਼ਾਅੱਲਾ ਮੇਰੀ ਪੂਪੋ ਜਾਨ ਨੂੰ ਇੱਕ ਆ ਮਸ਼ੀਨ ਲੱਗ ਗਈ ਸੀ ਯਾਨੀ ਕਿ ਉਹ ਸਾਬੇ ਅਜ ਕਸਤੂਰੀ ਹੱਥ ਲੱਗ ਗਈ ਸੀ ਔਰ ਪੂਪੋ ਉਸਕੇ ਸਾਜੀ ਆਪਣੇ ਜੋ ਟਾਂਗੇ ਹਨ ਉਹ ਦਬਾ ਰਹੀ ਸੀ ਔਰ ਇਹ ਜੀ ਮ사ਜਰ ਮਸ਼ੀਨ ਹੈ ਪਤਾ ਨਹੀਂ ਹੁਣ ਕੋ ਟਣਾ ਲਈਏ ਕਿ ਮ사ਜ ਵਾਲੀ ਹੈ ਬਰਹਰ ਇਨਾ ਪਤਾ ਹੈ ਕਿ ਵਾਈਬ੍ਰੇਟ ਕਰਦੀ ਹੈ ਤੇ ਜਦੋਂ ਵਾਈਬ੍ਰੇਟ ਕਰਦੀ ਹੈ ਤਾਂ ਪੂਪੋ ਕਿਆ ਸਕੂਨ ਹੁੰਦਾ ਯਾਨੀ ਕਿ ਮਨ ਨੂੰ ਕਟਿਆ ਜਾਂਦਾ ਤਾਂ ਮਾਸ਼ਾਅੱਲਾ ਜ਼ਾਰਾ ਦੇ ਉੱਤੇ ਜਦੋਂ ਰੱਖਦੇ ਸਨ ਮਸ਼ੀਨ ਤਾਂ ਜ਼ਾਰਾ ਵੀ ਹੱਸਦੀ ਸੀ ਮੈਂ ਕਿਹਾ ਜ਼ਾਰਾ ਨੂੰ ਵੀ ਇਹ ਮਸ਼ੀਨ ਮਜ਼ਾਕ ਹੀ ਲੱਗ ਰਹੀ तो हर से जी मैं साथ-साथ बना रही थी चावल क्योंकि आज चावलों का ऑर्डर हुआ था और यहां पर मैं जी क्या मुन्नू जरा एनर्जी लेवल अपना लो लग रहा है तो मैं फटाफट फ़ड़ जी तीन-चार कटे सेब मसलन त्रों त्रों क्यों सेबों तो ठल्ले-ठल्ले तरह दी पैनदा गुजारा नहीं हो रहा है यानी कि सेबियां सन सेब नहीं सन वही उनसी की अश्विना हो जाओ ਤੇ ਫਿਰ ਉੱਤੇ ਇੰਤਹਾਹ ਦਾ ਵਈਪਾਉ ਨਮਕ ਤੇ ਪਾਗ ਤਖਾਉ ਤੇ ਮਾਸ਼ਾਅੱਲਾ ਜੋ ਫਿਰ ਮੇਰੇ ਨਾਲ ਹੋਇਆ ਤੁਸੀਂ ਵੀ ਗਲਤੀ ਨਾਲ ਉਹ ਨਾ ਕਰ ਲਿਆ ਜੀ ਯਾਨੀ ਕਿ ਗੰਡੇ ਵਾਲੀ ਛੁਰੀ ਨਾ ਫੜ ਲਵੇ ਜੀ ਮੈਂ ਤਾਂ ਗੰਡੇ ਵਾਲ ਛੁਰੀ ਲਈ ਲਈ ਤੇ ਮਾਸ਼ਾਅੱਲਾ ਜੀ ਮੈਂ ਇੱਥੇ ਹਾਂ ਪਰ ਵੀਡੀਓ ਬਣਾਤੇ ਹੋਏ ਯਾਨੀ ਕਿ ਬੱਦਲ ਦੂਰ ਦੂਰ ਤੱਕ ਗਰਜ ਰਹੇ تھے ਤੇ ਮਾਸ਼ਾਅੱਲਾ ਆ ਇੱਥੇ ਹਤੀਜਾ ਦੀ ਨਿੱਕਰ ਮੈਂ ਕਿਹਾ ਤੂੰ ਮੇਰਾ ਵੀਊ ਵੀ ਖਰਾਬ ਕਰੀ ਮੈਂ ਫਟਾਫਟ ਜੀ ਉਹ ਨਿੱਕਰ ਨੂੰ ਲਾਇਆ ਤੇ ਫਿਰ ਮੈਂ ਉਹ ਬੱਦਲਾਂ ਦੀ ਆਵਾਜ਼ ਜਿਹੜੀ ਸੀ ਉਹ ਫੀਲ ਕੀਤੀ ਯਾਨੀ ਕਿ ਮੈਂ ਕਿਹਾ ਲੈ ਬੜੀ ਦੂਰ ਦੂਰ ਬੱਦਲ ਗੱਜਦੇ ਨੇ ਭਈ ਯਾਨੀ ਕਿ ਸਾ ਉੱਪ ਇੰਦਾ ਹਾਦੀ ਨਿਕਲੀਏ ਗਰਮੀ ਇੰਤਹਾਦ ਇਹ ਮੇਗਾ ਜਿੱਦੂ ਸਾਡੇ ਲਾਉਣ ਦੇ ਉਦੋਂ ਸੀਰੀਅਸ ਲਵਾਂਦੇ ਯਾਨੀ ਕਿ ਹਾਲੇ ਤੱਕ ਸੀਰੀਅਸ ਨਹੀਂ ਬਦਲਨ ਲੈਣਾ ਤੇ ਹੈ ਯਹਾਂ ਪਰ ਜੀ ਬੱਦਲ ਜੋ ਥੇ ਉਹ ਕਾਫੀ ਬਨੇ ਹੋਏ ਥੇ ਔਰ ਸਾਥ ਸਾਥ ਮੌਸਮ ਪਿਆਰਾ ਲੱਗ ਰਹਾ ਥਾ ਔਰ ਜੈਸੇ ਇਸ ਤਰ੍ਹਾਂ ਦਾ ਕਬੀ ਕਬੀ ਮੌਸਮ ਹੋਣਾ ਤੋ ਬਹੁਤ ਹੀ ਪਿਆਰਾ ਲੱਗਦਾ ਤੇ ਹੁਣ ਅੱਜ ਕੱਲ ਤੋ ਮਸ਼ਾਅੱਲਾ ਕਬੀ ਕਬੀ ਵਾਲਾ ਤੋ ਕਮ ਹੀ ਨੀ ਨਾ ਹੁਣ ਤੋ ਰੋਜ਼ ਡੈੜੀ ਦੂਸਰੇ ਦਿਨ ਇੰਦਾ ਮੌਸਮ ਬੜਾ ਹੁੰਦਾ ਤੁਹਾਨੂੰ ਜ਼ਿਆਦਾ ਲੇਟ ਜਾਂ ਜ਼ਿਆਦਾ ਦਿਨ ਇੰਤਜ਼ਾਰ ਕਰਨਾ ਹੀ ਨਹੀਂ ਪੈਂਦਾ

ਕੁਝ ਸੋਨੇ ਦੀ ਅੰਗੂਠੀ ਲੈ ਆਵਾ ਕੋਈ ਸੋਨੇ ਦੇ ਟਾਪ ਸੀ ਲੈਣੇ ਹਨ ਤੁਸੀਂ ਚਾਂਦੀ ਭਾਂਡ ਕੀ ਪਏ ਹੋ ਹੈ ਕਿਸੇ ਵੇਖਿਆ ਤੇ ਉਹਨੇ ਆ ਨਾ ਹੈ ਹੈ ਚਾਂਦੀ ਤੇ ਉਹ ਵੀ ਏਡੀ ਮਹਿੰਗੀ ਮਹਗਾ ਸਹਿਰ ਛੱਡ ਪਰ ਇਹਨਾਂ ਸਾਰਿਆਂ ਚਲ ਟੋੜਾ ਅਸੀਂ ਵੇਚ ਕੇ ਹਰਚਾ ਬਣਾ ਲਈਏ ਉਹ ਗਾਣਾ ਯਾਦ ਆ ਰਿਹਾ ਸੀ ਗੁਮੇਗੇ ਫਿਰੇਗੇ ਨਾਚੇਗੇ ਗਾਏਗੇ ਔਰ ਐਸ਼ ਕਰੇਗੇ ਤਾਂ ਮੈਂ ਕਿਹਾ ਅਸੀਂ ਵੀ ਕੜੇ ਵੇਚ ਕੇ ਐਸ਼ ਕਰਾਂਦੇ ਕਦੀ ਕਿਧਰੇ ਪਾਰਟੀ ਤੇ ਕਦੀ ਕਿਧਰੇ ਤੇ ਮਾਸ਼ਾਅੱਲਾ ਜ਼ਹਰਾ ਫਿਰ ਉਹ ਜਦੋਂ ਖੜਕਦੇ ਸਨ ਹਾਂ ਮੈਂ ਕਿਹਾ ਇਹ ਕਿੱਥੇ ਉਹਦੇ ਹੱਥ ਵਿੱਚ ਪਾਛੜੇ ਦੇ ਲੇਲੀ ਵਾਲੇ ਛਣ ਛਣ ਤਾਂ ਹੈ ਯਹਾਂ ਪਰ ਜੀ ਜ਼ਹਰਾ ਤਾਂ ਕਾਬੂ ਆਈ ਆਈ ਨਾਲ ਮਸ਼ਲਾ ਹਤੀਜਾ ਵੀ ਆ ਗਈ ਯਾਨੀ ਕਿ ਹਤੀਜਾ ਕੀ ਮਾਮਾ ਨੇ ਵੀ ਉਸਕੇ ਲਈ ਬਨਵਾ ਕੇ ਲਾਏ ਥੇ ਟੌਪਸ सोने के छोटे छोटे और पहले जो उसने पहने थे थो थोड़े बड़े थे तो वो इससे जहां भी ये कोई कपड़े के साथ लगती थी या फिर दुबटे इसके साथ वो अटक जाते थे फिर दर्द होती थी तो तीजा फिर माशाल्लाह जेड़ा बागा चौंती सी वो तो फिर है ही है तो माशाल्लाह से जी छोटे छोटे बनवाए हैं और यहाँ पर पहले एक साइड पे मैंने पहनाया और दूसरी साइड पर सहन ने पाया ਯਾਨੀ ਕਿ ਅਸਾਂ ਕੁੜੀ ਨੂੰ ਟਾ ਲਿਆ ਹੋਇਆ ਸੀ ਤੇ ਆਏ ਕੁੜੀ ਵੀ ਮਾਸ਼ਾਅੱਲਾ ਹਿਲੰਦਨ ਇੰਨਾ ਕੋ ਇਹਦੇ ਵਿੱਚ ਆਰਟ ਪਾ ਰਿਆ ਨਾ ਕੁੱਟ-ਕੁੱਟ ਕੇ ਯਾਨੀ ਕਿ ਹਿਲ ਇੰਨਾ ਕੋ ਰਹੀ ਸੀ ਨਾ ਅਸੀਂ ਵੀ ਬਾਰ-ਬਾਰ ਉਹ ਕਹਿ ਲੋ ਡਿਸਟਰਬ ਹੋ ਰਹੀਆਂ ਸਾਂ ਤਾਂ ਹੈ ਸੇ ਜੀ ਹਮਨੇ ਫਿਰ ਪਹਿਨਾ ਹੀ ਦੀਏ ਤੇ ਮੈਂ ਕਿਹਾ ਹਤੀਜਾ ਥੋੜਾ ਮੂੰਹ ਖੋਲ ਤੇਰਾ ਸਾਰਾ ਮੂੰਹ ਦੇ ਸੜਨ ਲੱਗਾ ਲੋਕਾਂ ਨੂੰ ਮੈਂ ਕਿਹਾ ਕਿਉਂ ਵੱਡੇ ਬਾਗੇ ਛੋਨੀ ਤੋ ਹੈ ਦੇਖਤੇ ਦੇਖਤੇ ਮਜ਼ਾਕ ਕਰਦੇ ਕਰਦੇ ਲਸਣ ਛੀਲਤੇ ਛੀਲਤੇ ਜੀ ਬੈਠੇ ਬੈਠੇ ਫਿਰ ਨੇਰੀ ਆਈ ਤਾਂ ਫਿਰ ਸਾਨੂੰ ਜਿੰਨੇ ਕੋ ਆਪਣੇ ਘਰ ਦੇ ਕੱਪੜਿਆਂ ਦੀ ਟੈਨਸ਼ਨ ਮੈਂ ਕਿਹਾ ਉਥੋ ਨਸੋ ਪਜੋ ਵਈ ਕੱਪੜੇ ਲਾ ਲਓ ਇਹਨੋਂ ਵੇ ਨੇਰੀ ਉਡਾ ਕੇ ਲੈ ਜਾ ਤੇ ਫਿਰ ਨਵੇਂ ਸਿਰੂ ਤੋਂ ਹੋਣ ਆ ਲਿਓ ਤਾਂ ਹੈ ਜਿਸ ਜਿਸ ਕੇ ਕੱਪੜੇ ਤੇ ਉਹ ਉਹ ਹੀ ਬਾਗਾ ਤਾਂ ਮੈਂ ਕਿਹਾ ਲਓ ਉਹਨ ਸਾਰੇ ਲਾ ਕੇ ਐਸ ਕੁਰਸੀ ਦੇ ਉੱਤੇ ਧਰ ਕੇ ਇਹਨਾਂ ਨੂੰ ਅੰਦਰ ਖੜ੍ਹੀਏ ਤੇ ਪਹਿਲਾਂ ਇਹ ਨੇਰੀ ਉਡਾ ਕੇ ਲੈ ਜਾ ਇਹਨਾਂ ਨੂੰ ਸੰਭ ਲਈਏ ਤੁਹੈਰ ਜੀ ਸਵੇਰ ਕੱਢਦੇ ਦੇਖਦੇ ਦੇਖਦੇ ਮੈਂ ਕਿ ਜਿਹੜੇ ਹੁਣ ਦੂਰ ਦੂਰ ਗੱਜਰੇ ਸਨ ਉਹ ਇੱਥੇ ਵੀ ਤੇ ਐ ਕਾਵਤ ਵੀ ਨਹੀਂ ਝੂਠੀ ਕਿ ਜੋ ਗਰਜਦੇ ਹਨ ਉਹ ਬਰਸਤੇ ਨਹੀਂ। ਤੁਹੈਰ ਯਹਾਂ ਪਰ ਜੀ ਅੱਜ ਵੋਹੀ ਹਮਾਰੇ ਸਾਥ ਹੋਆ ਥਾ ਕਿ ਬੱਦਲ ਕਾਫੀ ਅੰਧੇਰਾ ਕਰ ਚੁੱਕੇ ਹੋਏ ਥੇ ਔਰ ਸਾਹ ਸਾਹ ਜੀ ਹਮਨੇ ਕਪੜੇ ਉਤਾਰੇ ਔਰ ਕਪੜੇ ਉਤਾਨੇ ਕੇ ਬਾਦ ਫਿਰ ਹੋਣਾ ਸੀ। ਇਸ ਧਾਨ ਲੱਗ ਰਹੇ ਸਨ ਕਿ ਬਾਰਿਸ਼ ਵਸ ਨਾ ਕਿਦੂਵੇ ਤੇ ਮੇਰੇ ਦਿਲ ਦਿਲ ਵਿੱਚੋਂ ਨਿਕਲ ਰੀਆਂ ਸਨ ਦੁਆਵਾਂ ਯਾਲਾ ਓਦੂ ਵਸੇ ਜਦੋਂ ਹਾਂਡੀ ਦਾ ਟਾਈਮ ਹੋਈ ਯਾਨੀ ਕਿ ਅਚੁੱਲ ਤੇ ਅਗ ਬਾਲਣ ਵਾਲਾ ਕੰਮ ਨਾ ਹੋਵੇ ਯਾਨੀ ਕਿ ਤੁਸੀਂ ਕਦੀ ਕਦੀ ਐਡੇ ਸਾਢਾ ਰਾਮ ਹੋ ਜਾਂਦੇ ਨਾ ਯਾਨੀ ਕਿ ਤੁਹਾਡਾ ਅਗ ਬਾਲਣ ਤੇ ਦਿਲ ਹੀ ਨਹੀਂ ਕਰਦਾ ਤੇ ਮੇਰਾ ਵੀ ਅੱਜ ਨਹੀਂ ਸੀ ਕਰਿਆ ਤੇ ਮੈਂ ਕਿਹਾ ਅੱਜ ਹਾਂਡੇ ਦੇ ਅੰਦਰ ਹੀ ਪੱਕੇ ਦੀ ਬਾਹਰ ਨਹੀਂ ਪੱਕਦੀ ਬਰਹਾਲ ਜੀ ਦਾਲ ਮੈਂ ਇਹਾਂ ਪਰ ਬੈਠ ਕੇ ਚੁੰਨੀ ਥੀ ਤੇ ਚੁੰਨੇ ਕੇ ਬਾਅਦ ਭਿਗੋਦੀ ਥੀ ਤੇ ਨਾਲ-ਨਾਲ ਮੈਂ ਤੇ ਚੋਲੀ ਚੁੱਕ-ਚੁੱਕ ਕੇ ਦਵਾਵਾ ਕਰੀ ਸਾਂ ਯਾਲਾ ਕਦੀ ਇੰਨੇ ਵੀ ਤੇਜ਼ ਹੋ ਜੇ ਤੇ ਬਾਰਿਸ਼ ਆ ਜਾਏ ਤੇ ਮੇਰੀ ਹਾਂਡੇ ਅੰਦਰ ਪੱਕ ਜਾ ਤੇ ਫੇਰ ਖਲੋ ਜਾਈ ਯਾਨੀ ਕਿ ਮਨੂੰ ਐ ਪੁੱਫੋ ਜਾਣਾ ਆ ਸਕਨ ਕਿ ਇਹ ਬਾਹਰ ਆ ਕੇ ਬਾਲ ਕੇ ਬਾਹਰ ਆਂਢੀ ਤਾਰ तो है से जी हमने फिर अंडियान अंदर ही पकाई अल्लाह मेरी सुन ली तो मैं अल्लाह का दिया भी सुन लेना कि मेरे वन मिलियन व्यू आ जाए फिर किडा मजा आवे तो हैर से यहां पर जी मैं साथ साथ दाल भिगोने के बाद यहां पर मैं फिर बाहर आई तो मैं पुत्र हाले बदल तो आया नहीं है साढ़े गुआंढिया बाल कपड़े तो पहला बार हुआ है तो हैर यहां पर बादल थे और मैंने दाल अच्छे से जो चुन ली थी अब मैं जा रही हूं भिगोने और अले भी मैं हत् फी हो तो है यहाँ पर छोटी छोटी बूंदे जो थी वो गिरना स्टार्ट हो गई तो मैं क्या शुक्र अल्लाह मेरी रख के सुन ली तो है यहाँ पर मैं बच्चों के साथ साथ जो है वो भी मैं इंजॉय करी थी और सहर भी करी थी यानी कि ये मौसम की हवा जो है वो लेने का मजा ही अलग है बैठ के सहन में आप आराम से स्कून चिल ਦੁਨੀਆ ਦੀ ਟੈਨਸ਼ਨ ਆ ਇੱਕ ਸਾਈਡ ਤੇ ਰੱਖ ਦਿਆ ਕਰੋ ਕਦੀ ਕਦੀ ਆਪਣੇ ਲਈ ਵੀ ਟਾਈਮ ਕੱਢ ਲਿਆ ਕਰੋ ਤੇ ਮਾਸ਼ਾਅੱਲਾ ਫਿਰ ਜਿਹੜਾ ਮੈਂ ਕਦੀ ਕਦੀ ਕੱਢ ਨਹੀਂ ਆਉਂ ਫਿਰ ਮੈਂ ਆਪਣੇ ਲਈ ਆਪ ਹੀ ਕੱਢਣਾ ਹੁੰਦਾ ਯਾਨੀ ਕਿ ਕੋਈ ਦੂਸਰਾ ਥੋੜੇ ਟਾਈਮ ਕੱਢ ਕੇ ਦਿੰਦਾ ਤੇ ਹਏ ਵਿੰਦੇ ਵਿੰਦੇ ਮੁੰਡਾ ਮੇਰੇ ਸਾਹਮਣੇ ਸਾਹਮਣੇ ਲੇਜ਼ ਤੇ ਬੋਤਲ ਲੈ ਗਿਆ ਮੈਂ ਕਿਹਾ ਕਿਵੇਂ ਹੋ ਸਕਦਾ ਕਿ ਮੇਰਾ ਦਿਲ ਨਹੀਂ ਕੀਤਾ ਤੇ ਮੈਂ ਕਿਹਾ ਚਲੋ ਛੱਡੋ ਕਦੀ ਕਦੀ ਜਾਣ ਵੀ ਦੇਈਦਾ ਹਰ ਵਲੇ ਨਹੀਂ ਬੰਦਾ ਚਵਲ ਹੋਣਾ ਚਾਹੀਦਾ ਸਹਿਰ ਜੀ یہاں ਪਰ ਕਾਫੀ ਮਜ਼ੇ ਕੀ ਹਵਾ ਚੱਲ ਰਹੀ ਥੀ ਐ ਕਦੀ ਝੰਡਾ ਰੋਹਤਲ ਨੂੰ ਹੋ ਜਾਂਦਾ ਤੇ ਕਦੀ ਇਤਲ ਨੂੰ ਹੋ ਜਾਂਦਾ ਯਾਨੀ ਕਿ ਜਿਸ ਰੂਪ ਮੇ ਹਵਾ ਹੋਗੀ ਉਸੇ ਰੂਪ ਮੇ ਇਹ ਝੰਡਾ ਵੀ ਜੀ ਲਹਿਰਾਤਾ ਹੈ ਤਾਂ ਮੈਂ ਕਿਹਾ ਮਾਸ਼ਾਅੱਲਾ ਮੌਸਮ ਕਿੱਡਾ ਸੁਹਣਾ ਹੋ ਰਿਹਾ ਹੈ ਤੇ ਇੱਥੇ ਬੈਠੇ ਬੈਠੇ ਮਾਸ਼ਾਅੱਲਾ ਸਾਡੀ ਡਿਸਕਸ਼ਨ ਕੀ ਚੱਲ ਰਹੀ ਸੀ ਕਿ ਸਹਿਰ ਕੈਰਿਸ ਮਨੂ ਪੁੱਫੋ ਅਬ ਆਪ ਜੋ ਵੀ ਵਲੌਗ ਬਣਾਤੇ ਹੈ ਨਾ ਉਹਦੇ ਤੇ ਵਾਇਸਓਵਰ ਨਾ ਕਰਿਆ ਕਰੋ ਮੈਂ ਕਿਹਾ ਕਿਉਂ ਕਹਿ ਰਹੀ ਥੀ ਜੋ ਆਪਕੀ ਰੀਅਲ ਵਾਇਸ ਹੈ ਉਸੇ ਪੇ ਹੀ ਆਪ ਆ ਕੀਆ ਕਰੇ ਯਾਨੀ ਕਿ ਜੋ ਆਪ ਬਣਾਤੀ ਹੈ ਜਦ ਆਪ ਵਲੌਗ ਬਣਾ ਰਹੀ ਹੋਤੀ ਹੈ ਤਬ ਹੀ ਆਪ ਸਾਥ-ਸاتھ ਆਵਾਜ਼ ਮੇਂ ਬੋਲਾ ਕਰੇ ਆਪਣੀ ਆਵਾਜ਼ ਮੇਂ ਉਹ ਵਲੌਗ ਬਣਾਇਆ ਕਰੇ ਤਾਂ ਮੈਂ ਕਿਹਾ ਸਹਿਰ ਹੈ مشورہ منوں ناں دے تو اے مشورہ اپنے کو رکھ تو نہ ਕਿਉਂ 퍼ਫੋ ਮੈਂ ਕਿਹਾ ਜਦੋਂ ਮੈਂ ਬਣਾਣ ਲੱਗਣਾ ਨਾ ਇੱਕ ਤੇ ਮਸ਼ਾਅੱਲਾ ਮੇਰੇ ਜਿੰਨਾ ਕੋ ਹਲੇ ਤੱਕ ਕੌਨਫੀਡੈਂਸ ਹੈ ਨਾ ਕਿ ਮੈਂ ਉੱਜਾ ਬੋਲ ਹੀ ਨਹੀਂ ਸਕਣਾ ਤਾਂ ਦੂਸਰਾ ਇਹ ਗੱਲ ਕਿ ਮਸ਼ਾਅੱਲਾ ਮੈਂ ਤੇ ਬੋਲਣਾ ਸ਼ੁਰੂ ਹੋ ਹੀ ਜਾਣਾ ਤੇ ਮਸ਼ਾਅੱਲਾ ਜੀ ਫਿਰ ਮੈਂ ਕਿਹਾ ਸਾਡੇ ਕਾ ਜਿਹੜੇ ਬਾਲਾਂ ਦੇ ਬਾਗੇ ਅੱਡੇ ਜਾਂਦੇ ਨੇ ਨਾ ਉਹ ਸਾਰੇ ਵਿੱਚ ਰਿਕਾਰਡ ਹੋਣੇ ਨਾਲ ਜਦੋਂ ਪੁੱਫੋਂ ਨੂੰ ਵੀ ਗੁੱਸਾ ਚੜਦਾ ਤਾਂ ਫਿਰ ਮਾਸ਼ਾਅੱਲਾ ਪੁੱਫੋਂ ਜਾਨਵੀ ਪਿੱਛੋਂ ਕਈ ਵਾਰੀ ਬਾਲਾਂ ਨੂੰ ਕਹਿ ਰਹੇ ਹੁੰਦੇ ਨਹੀਂ ਤੈਨੂੰ ਚੀਜ਼ ਆ ਨਹੀਂ ਹੁਟਿਓ ਨਹੀਂ ਅੰਜ ਕਰ ਲੋ ਤੇ ਅੰਜ ਕਰ ਲੋ ਮੈਂ ਕਿਹਾ ਆ ਮੈਨੂੰ ਕੰਮ ਨਹੀਂ ਵਾਰਾ ਖਾਂਦੇ ਮੈਂ ਕਿਹਾ ਇੰਨਾ ਗੱਲਾਂ ਤੂੰ ਮੈਂ ਕਦੀ ਵੀ ਇੰਜ ਵਲੌਗ ਨਹੀਂ ਬਣਾਣਾ ਯਾਨੀਕਾ ਵਾਇਸਓਵਰ ਕਰਨਾ ਵਾਰੇ ਜੇ ਪਿੱਛੋਂ ਫਿਰ ਮਾਮਾ ਕਦੀ ਕਦੀ ਰੇਂਜ ਹੁੰਦਾ ਫਿਰ ਸਾਰਾ ਕੁਝ ਰਿਕਾਰਡ ਹੁੰਦਾ ਨਾ ਤੇ ਮੈਂ ਕਿਹਾ ਉਹ ਕੰਮ ਮੈਂ ਨਹੀਂ ਕਰਨਾ ਤੋ ਹੈਰ ਸੇ ਮੈਂ ਕਿਹਾ ਮੈਨੂੰ ਵਾਇਸ ਓਵਰ ਹੀ ਚੰਗਾ ਮੈਂ ਨਹੀਂ ਕਰਦੀ ਤੋ ਹੈਰ ਯਹਾਂ ਪਰ ਜੀ ਹਮ ਸਾਥ ਸਾਥ ਬਣਾ ਰਹੀ ਥੀ ਕੁਲਫੀ ਦੁੱਧ ਵਾਲੀ ਜੋ ਕਿ ਹਮਨੇ ਘਰ ਮੇ ਹੋਦੀ ਬਣਾਨੀ ਥੀ ਔਰ ਮੁਹੰਮਦ ਕਾਫੀ ਦਿਨੋਂ ਸੇ ਕਹਿ ਰਹਾ ਥਾ ਕਿ ਮਾਮਾ ਮੂਝੇ ਖੋਏ ਵਾਲੀ ਕੁਲਫੀ ਬਣਾ ਕੇ ਦੇ ਤੇ ਮੈਂ ਕਿਹਾ ਚਲੋ ਬਣਾ ਦੇ ਤੋ ਹੈਰ ਸੇ ਪੁੱਪੋ ਨੇ ਬੋਲਾ ਕਿ ਬਿਸਮਾ ਕਾਫੀ ਮਜ਼ੇ ਕੀ ਬਣਾਤੀ ਔਰ ਬਿਸਮਾ ਕੋ ਬੋਲਨਾ ਤੇ ਮੈਂ ਫਿਰ ਬਿਸਮਾ ਨੂੰ ਕਿਹਾ ਮੈਂ ਕਿਹਾ ਚਲੋ ਬਿਸਮਾ ਕੋਈ ਤੇ ਲੱਗਦੇ ਹੱਥ ਤੁਸੀਂ ਵੀ ਕਰ ਲਓ ਤੇ ਤੁਸੀਂ ਵੀ ਮੈਨੂੰ ਕੁਲਫੀ ਬਣਾ ਦਿਓ तो यहां पर जी पुफो बना रही थी चटनी और जो कि मसाला मंजीद होते बैक कोटए ला रहे सन मैं कह लाई जो लाई जो माशाल्लाह नाल नाल कह रहे सन मैं चटनी किसे बंदे नु देनी मेरी चटनी कोई बंदा ना छेड़े तो फिर माशाल्लाह खान लगया सारा टबर साडा चटनी दे नाल खा रहेंदा यानी कि दाल तो बनी बनी थी और साथ में चटनी पुफो ने वो भी बना दी ਤੋ ਪੂਪੋ ਕੈਨ ਫ੍ਰਿਜ ਧਰ ਕੇ ਮੇਰੀ ਚਟੜਨ ਕੋ ਬੰਦਾ ਹੱਥ ਨਾ ਲਾਏ ਤੋ ਫਿਰ ਜਦੋਂ ਖਾਣ ਲੱਗਿਆ ਅਸੀਂ ਸਾਰੇ ਬੰਨੇ ਆ ਫਿਰ ਬਾਲ ਬੱਚੇ ਮੰਗਦਨ ਤੋ ਜ਼ਾਹਿਰ ਫਿਰ ਮਾਵਾ ਕੋਲ ਕਿਤੇ ਰਿਹਾ ਜਾਂਦਾ ਕਿ ਬੰਦਾ ਇਕੱਲਾ ਇਕੱਲਾ ਖਾ ਲੇ ਫਿਰ ਮਾਵਾ ਦੀ ਚਲੋ ਬਾਲ ਬੱਚਾ ਵੀ ਖਾਏ ਤੋ ਫਿਰ ਤੋ ਪੂਫੋ ਨੇ ਵੀ ਬੋਲਾ ਜੀ ਖਾ ਲੋ ਮੈਂ ਫੇਰ ਸਲੇ ਹੋਰ ਕੋਟ ਲਾਂ ਦੀ ਤੁਸੀਂ ਵੀ ਖਾ ਲੋ ਫਿਰ ਮਸ਼ਾਅੱਲਾ ਫਿਰ ਜਿਹੜਾ ਮਜ਼ਾ ਹੁੰਦਾ ਉਹ ਤੇ ਫਿਰ ਵੱਖਰਾ ਹੀ ਵੱਖਰਾ ਹੈ तो है यहां पर जी मैंने और शहर ने जाना था साथ हमारे घर के साथ जो दरबार है वहां पे चरागा करने क्योंकि काफी दिनों से बाबी ने जी पैसे दिए हुए थे कि वहां पे मेरा चरागा कर देना और दवा भी करना तो मैं और शहर जा रही थी मैं कहा चल शहर टूर चलिए बालान दाद उला के यानी बाला नग गया था सारा जंजाल पूरे साढ़े मगर टुर पैना है तो फिर बाल अंदर कार्टूना देतेने बहर बाबा जी दयाने ਤੋ ਫਿਰ ਹਮ ਜੀ ਚਲੇ ਗਏ ਦਰਬਾਰ ਤੇ ਔਰ ਵਹਾਂ ਪੇ ਜਾ ਕੇ ਦੇਖਾ ਤੇ ਮਾਸ਼ਾਅੱਲਾ ਫਿਰ ਸਾਰੀਆਂ ਲਾਈਟਾਂ ਲੂਟਾਂ ਹਾਂ ਹਾਂ ਸਾਰਾ ਕੁਝ ਹੀ ਬੰਦ ਸੀ ਮੁੰਤੇ ਇਹ ਨਹੀਂ ਸੇ ਸਮਝ ਆ ਰਹੀ ਦਰਬਾਰ ਦੀਆਂ ਲਾਈਟਾਂ ਕਿ ਉਹਨੇ ਕਿ ਸਿਆਨ ਕੀਤੀਆਂ ਤਾਂ ਫਿਰ ਮਾਸ਼ਾਅੱਲਾ ਸਾਹ ਜਾਂਦੇ ਪਹਿਲਾਂ ਛੋਟੀ ਲਾਈਟ ਕੀਤੀ ਤਾਂ ਮੁੰਨੂੰ ਐ ਫੀਲ ਆ ਰਹੀ ਸੀ ਕਿ ਹਾਂ ਜੀ ਬਾਬਾ ਜੀ ਤੁਸੀਂ ਵੀ ਡਿਸਕੋ ਯਾਨੀ ਕਿ ਸੋਰੀ ਵਈ ਮਾਜ਼ਰਤ ਐ ਬੁਰੇ ਨਹੀਂ ਬੁਰੇ ਜਨਾ ਲਵਿਆ ਜੇ ਬਰਹਾਲ ਜੀ ਉਹ ਲਾਈਟਾਂ ਇਸ ਤਰ੍ਹਾਂ ਕੀਤੀ ਮੈਨੂੰ ਕਹ ਹਾਂ ਹਾਂ ਐ ਹੋ ਰਕਨੇ ਲਿਆ ਦਿੱਤੇ ਮੈਂ ਲਾਦੀ ਲਾਈਟ ਲਾਓ ਇੱਥੇ ਬਰਹਾਲ ਪਿਆਰੀ ਲੱਗ ਰਹੀ ਥੀ तो है से जी यहाँ पर हम दरबार पे गए वहां चरागा किया और भी अगरबत्तियां और मोमबत्तियां हमारे पास थी वो भी हमने जलाई और यहाँ पर एड्डा को मुश्किल आ रहा सीना यानी कि काथे च में अगरबत्तियां जला रही सा तो दूसरे में जी वीडियो बना रही सा और ये जी हमारे घर के साथ है दरबार हुब्बे अली सरकार का और काफी पुराना है तो है यहाँ पर जितने भी लोग रहते हैं उनका मानना है कि जो भी यहाँ से जिसने भी जो भी मांगा है वो मिलता है यानी कि अल्लाह ताला के जो नेक बंदे हैं उनके वसीले अल्लाह ताला हमें देता है यानी कि हम तो उनके वसीले से ही, ही मांग सकते हैं अपने अल्लाह से और अल्लाह से डायरेक्ट भी मांगे तो वो भी देता है अब हम भैन भरा जो पुठे पुठे कमेंट ना करना शुरू कर दिया जे हमने फिर वहां पे जल्दी से चिरागा किया और दुआ वगैरह मांगी और दुआ वगैरह मांगने के बाद माशाल्लाह फिर मेरा तो शहर द अंदर यानी कार तो अपने हम तो गई थी दरबार पे बच्चों को बिना बताए यानी कि को तो पता था और घर वालों को ये सिर्फ पता था कि हम दरबार तक गए हैं तो पुप्फो से जी सुबह से हमें कह रही थी कि जाके जो हमारे हमसाये में मेरी नानो है उनका पता लेके आओ तो मैं क्या अच्छा जाते हैं जी फिर माशाल्लाह साढ़े बाला ने जेड़ा सारी डेडी साढ़ा ध्यान रखे ना कि, कि निकल दिया फिर असि भी नहीं निकले ऐसा क्या सामू वारा ही नहीं खाता एडा टीन डब्बा नाल चुका यानी सारे सारे बाल नाला से रही है।, है हो ही नहीं सकता तो हैर से हम नहीं, तो यहाँ पर मैं और शहर नीचे उतरे थे तो हम यहाँ पर शहर पहले -पहले आ लगते नानी अमा का भी पता लाइए तो हैर मैं और शहर यहां से ही जी सीधा दरबार से ही उधर चले गए और जैसे ही हम वहां से पता लेकर आए ते घर दयान भी नहीं सी पता यानी कि हमने बड़ों को भी नहीं था बताया कि हमने दरबार से होके वहां पर चले जाना है तो घर वाली भी सारी कह रही थी हार ਨੇ ਤੁਸੀਂ ਇੰਨਾ ਚਿਰ ਤੁਸੀਂ ਇਡੀਆਂ ਹੀ ਲੰਮੀਆਂ ਦੁਆਵਾਂ ਮੰਗ ਲਈਆਂ ਮੈਂ ਕਿ ਦੁਆਵਾਂ ਤੇ ਪੂਰੀਆਂ ਹੀ ਅਸਾਂ ਮੰਗੀਆਂ ਨਹੀਂ ਯਾਨੀ ਕਿ ਮੰਗਨੇ ਵਾਲੀ ਜੋ ਤੇ ਉਹ ਸਾਰੀ ਸਾਰੀ ਆਮਨੇ ਮੰਗੀ ਬਰਹਾਲ ਜੀ ਹਮ ਪਤਾ ਲੈਣੇ ਚਲੇ ਗਈ ਸੀ ਮੈਂ ਕਿ ਤੁਸੀਂ ਇੱਕ ਵਾਰ ਪਿੱਛੋਂ ਲਾਂਚ ਹਨ ਕਰਾਸ਼ਣ ਨੇ ਸੰ ਹਾਏ ਹਾਏ ਸਾਡ ਕੇ ਦੋ ਕੁੜੀਆਂ ਗਵਾਹ ਹੋ ਗਈਆਂ ਨੇ ਯਾਨੀ ਕਿ ਇੱਕ ਵਾਰ ਲਾਂਚ ਤੋਂ ਹੁੰਦੇ ਨਾ ਯਾਨੀ ਕਿ ਬੰਦਾ ਆਪਣਾ ਪ੍ਰੂਫ ਤੇ ਕਰੇ ਸਾਰੇ ਪਿੰਡ ਵਿੱਚ ਸਾਡੀ ਅਲਾ-ਅਲਾ ਹੋਈ ਹੋਣੀ ਸੀ तो खैर यहां पर मैंने और शहर ने जी दुआ मांग ली थी और अब हम जा तो घर को रहे हैं बहरहाल जी घर के अंदर एंटर होते ही हमने जितनी भी अगरबत्तियों और मोमबत्तियों की डब्बिया थी वो अंदर रखते ही हम फटाफट दूजी गली मैं क्या कार ही नहीं आ गई खाना छाना खा दे चल पहला उतलू आ गई तो है हम तो वहां पे चली गई थी और ये शाम का जी हमारा सारा का सारा व्यू है हमारे दरबार का हमारे घर का और ये ਯਹਾਂ ਪਰ ਹਮ ਵਾਪਸ ਆ ਚੁੱਕੀ ਥੀ ਔਰ ਸਾਡੇ ਅੰਦਰ ਮਸ਼ਾਅੱਲਾ ਕੁਲਫੀ ਵੀ ਤਿਆਰ ਸੀ ਮਸ਼ਾਅੱਲਾ ਬਿਸਮਾਨ ਵਿੱਚ ਖੋਏ ਬਦਾਮ ਸ਼ਦਾਮ ਸਾਰਾ ਕੁਝ ਪਾਕ ਕੁਲਫੀ ਰੈਡੀ ਕਰ ਲਈ ਹੋਈ ਸੀ ਮੈਂ ਕਿਹਾ ਬਿਸਮਾ ਆ ਪਾ ਤਾਂ ਸਾਫ ਤਰੀਕੇ ਨਾਲ ਮੇਰੀ ਆਡੀਅנס ਫਿਰ ਇਹ ਵੀ ਆਹਨੇ ਕਿ ਬਾਜੀ ਜੀ ਸਾਫ ਨਹੀਂ ਪਾਇਆ ਤੁਸੀਂ ਤੁਸੀਂ ਗੰਦੇ ਤਰੀਕੇ ਨਾਲ ਪਾ ਰਹੇ ਹੋ ਤੋ ਹੈ ਯਹਾਂ ਪਰ ਜੀ ਮੈਂ ਆਪ ਲੋਕੋ ਕੇ ਇੱਕ ਬਾਤ ਬਤਾਤੀ ਚਲੂ ਪਤਾ ਨਹੀਂ ਅਬ ਮੈਂ ਮੈਨੂੰ ਤਾਂ ਲੱਗਦਾ ਹੈ ਕਿ ਉਹ ਬਾਈ ਹੀ ਹੈ ਮੇਰੇ ਬਾਈ unki id ka naam mujhe pata hai yani ki adam adam unki id ka hai mere subscriber hi hain parhal paaji tade messages de mainu koi samajh nahi aundi yani ki tusi punjabi vich le ke bolde to main punjabi hai ya parhal mainu padni punjabi koni chaundi mainu tade message nahi padde hunde parhal adde pachde mainu lafaz samajh aa jande ne te hai tusa comment karna hi hunda hai to urdu vich kar liya karo ਬਾਕੀ ਜੀ ਯਹਾਂ ਪਰ ওই ਪ੍ਰਾਣੇ ਦੇਸੀ ਰਵਾਜ ਪਹਿਲਾਂ ਅਸੀਂ ਚਟ ਦੇਉਂਦੇ ਸਨ ਦੇਖ ਕੇ ਹੁਣ ਸਾਡੇ ਬਾਲ ਚਟ ਦੇਣ ਤੇ ਆਹ ਕੁਲਫੀ ਆਲੀ ਸਾਡੇ ਸਾਰੇ ਬਾਲ ਲੈ ਕੇ ਬੈਠੇ ਹੋਏ ਸਨ ਹੈ ਚਟਦੇ ਨੇ ਤੇ ਚਟੋ ਬਾਕੀ ਜੀ ਅਗਰ ਆਪਕੋ ਹਮਾਰੇ ਵਲੋਗ ਅਛਾ ਲੱਗਤੇ ਹੈ ਕੰਡਲੀ ਲਾਈਕ ਸ਼ੇਅਰ ਸਬਸਕ੍ਰਾਈਬ ਕੀਜੇਗਾ ਦੁਆਵੋ ਮੇ ਯਾਦ ਰੱਖਿਏਗਾ ਆਪਣਾ ਬੋਸਾ ਰੱਖਿਏਗਾ ਜੀ ਅਲਾ ਹਾਫਿਜ਼